ભાઈ, જો કુછ ગુંડા કરો, સદગુરુ અગે અરદાસ કરો, સમા બડા પે આનંદ હૈ. ગુરુ ગોવિંદ સિંહ સાહેબ ને જો કુછ એ વાસ્તે લિખ્યા હોયા બડા, અજે ના સમજો કે અધી પંજાબ તે જાદી બંગાળ તે રોળા મુક ગયા. સૃષ્ટિ સારી ઉહના ને લિખ્યા કે રોળી પવે દેશ સબ રોળા, સારે દેશ રોળને હમ. ਬਚਾ ਕਰੋ, ਵੇਖੋ ਹਾਲ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਹਨੇਰੀਆਂ ਚੱਲ ਰਹੀਆਂ ਹਨ. ਉੱਤੋਂ ਉੱਤੋਂ ਸਾਡੇ ਵਾਂਗੂ ਜਿਹੜੇ ਵੱਡੇ ਵੱਡੇ ਇਸ ਵੇਲੇ ਸਾਡੇ ਵੱਡੇ ਵੱਡੇ ਸਾਨ ਹਨ, ਸੰਡੇ ਸਮਝੋ ਕੁਛ ਸਮਝੋ ਪਿੰਡ ਵਾਲੇ, ਉਹ ਉੱਤੋਂ ਉੱਤੋਂ ਤਾਂ ਕਹਿੰਦੇ ਨੇ ਅਸੀਂ ਬੈਠ ਕੇ ਲੀਗ ਬਣਾ ਕੇ ਤੇ ਲੜਾਈ ਬੰਦ ਕਰੀਏ. ਕੋਈ ਆਟਮ ਤਿਆਰ ਕਰ ਰਿਹਾ, ਕੋਈ ਹਵਾਈ ਜਹਾਜ਼ ਤਿਆਰ ਕਰ ਰਿਹਾ, ਕੋਈ ਤੋਪਾਂ ਤਿਆਰ ਕਰ ਰਿਹਾ, ਕੋਈ ਬਰੂਦ ਤਿਆਰ ਕਰ ਰਿਹਾ, ਕੋਈ ਫੌਜਾਂ ਬਹੁਤੀਆਂ ਬਣਾ ਰਿਹਾ. ਹੁਣ ਇਉਂ ਤੇ ਗੱਲ ਨੀ ਨਾ ਹੁੰਦੀ ਵੀ ਮੈਂ ਮੁੰਡਿਆਂ ਨੂੰ ਮਗਰ ਕਹਿਣਾ ਤਕੜੇ ਹੋ ਬਈ ਅਸੀਂ ਨਾਮਸ ਦੀ ਇੱਜ਼ਤ ਲਾਉਣੀ ਹੈ ਤੇ ਉੱਥੇ ਜਾ ਕੇ ਆਖਾਂ ਸਰਦਾਰ ਜੀ ਜਾਣ ਦਿਓ ਆਪਾਂ ਆਪਸ ਵਿੱਚ ਰਾਜੀਨਾਮਾ ਕਰ ਲਈਏ. ਅਕਸਰ ਉਹ ਜਿਹੜੇ ਮਗਰ ਦੇ ਖੜੇ ਨੇ ਉਹਨਾਂ ਨੇ ਤਾਂ ਆ ਕੇ ਗੱਲ ਪਾਈ ਜਾਣਾ. ਹੁਣ ਅਸੀਂ ਇੱਕ ਪਾਸੇ ਫੌਜਾਂ ਉਹ ਤਿਆਰ ਕਰਦੇ ਨੇ, ਜਹਾਜ਼ ਬਣਾਉਂਦੇ ਨੇ, ਅਮਰੀਕਾ ਨੇ ਇੰਨੇ ਬਣਾ ਲਏ, ਰੂਸ ਨੇ ਇੰਨੇ ਬਣਾ ਲਏ, ਅੰਗਰੇਜ਼ ਆਹ ਕੁਛ ਕਰ ਰਹੇ ਨੇ, ਹਰ ਇੱਕ ਆਦਮੀ ਲੰਗੋਟੇ ਕੱਸ ਰਿਹਾ. ਤਾਂ ਇਹ ਜੋ ਕੁਛ ਹੋ ਰਿਹਾ ਇਹ ਪਰਸ ਇਹਨੂੰ ਕੋਈ ਬੰਦ ਨਹੀਂ ਕਰ ਸਕਦਾ. ਕਰਤੇ ਪੁਰਖ ਦੀ ਲਿਖੀ ਹੋਈ ਹੈ, ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਇਸ ਨੂੰ ਕੋਈ ਨਹੀਂ ਮੇਟ ਸਕਦਾ. ਸਤਿਗੁਰੂ ਰਾਮ ਸਿੰਘ ਨੇ ਦੱਸਿਆ ਕਿ ਭਾਈ ਸੂਰਜ ਲੈਣ ਦੇ ਚੜਿਆ ਬਣ ਲਿਆ, ਜੋ ਸੱਚੇ ਪਾਤਸ਼ਾਹ ਕਲਗੀ ਵਾਲੇ ਨੇ ਲਿਖਿਆ ਉਹ ਅੱਖਰ ਅੱਖਰ ਪੂਰਾ ਬਣ ਸਕਦਾ, ਉਹਨੂੰ ਕੋਈ ਰੋਕ ਨਹੀਂ ਸਕਦਾ. ਇੱਕ ਚੀਜ਼ ਹੈ ਜਿਸ ਤਰ੍ਹਾਂ ਉਹਨਾਂ ਨੇ ਹੁਕਮ ਦਿੱਤਾ ਕਿ ਜਿਹੜੇ ਨਾਮ ਜਪਣਗੇ, ਜਿਸ ਤਰ੍ਹਾਂ ਕਿੱਲੀ ਦੇ ਕੋਲ ਦਾਣੇ ਬਚ ਰਹੇ ਨੇ, ਚੱਕੀ ਚੋਂ ਬਚ ਰਹਿਣਗੇ, ਨਾਮ ਜਪਿਆ ਕਰੋ, ਅਰਜ ਕਰਿਆ ਕਰੋ ਕਿ ਸਾਡਾ ਮੂੰਹ ਨਾਮ ਜਪਣ ਵਾਲਾ ਬਣਾ, ਸਾਡਾ ਦਿਲ ਨਾਮ ਜਪਣ ਵਾਲਾ ਬਣਾ, ਸਾਡੇ ਉੱਤੇ ਬਖਸ਼ਿਸ਼ ਕਰ ਰਹਿਮਤ. ਬਖਸ਼ਿਸ਼ ਤੋਂ ਬਗੈਰ ਅਸੀਂ ਗਿਣਤੀ ਨਾਲ ਕਦੇ ਕੁਛ ਨਹੀਂ ਕਰ ਸਕਦੇ. ਅਸੀਂ ਆਪਣੀਆਂ ਗਿਣਤੀਆਂ ਨਾਲ ਜੇ ਕਿਰਪਾ ਕਰ ਦੇਵੇ ਤਾਂ ਉੱਥੇ ਕਿਹੜੀ ਵੱਡੀ ਗੱਲ ਹੈ. ਇੱਕ ਪਾਤਸ਼ਾਹ ਦਾ ਜੇ ਚਿੱਤ ਕਰੇ, ਜਿਹੜਾ ਬਣਾ ਸਕਦਾ ਹੀਰੇ ਮੋਤੀ ਅਨੇਕਾਂ, ਉਹ ਅਗਰ ਖੋਲ ਦੇਵੇ ਖਜ਼ਾਨੇ ਤਾਂ ਭਰ ਭਰ ਝੋਲੀਆਂ ਲੋਕ ਲਈ ਜਾਣ ਤਾਂ ਕੀ ਵਿਗੜਦਾ? ਇਹ ਉਹਦੀ ਬਖਸ਼ਿਸ਼ ਹੈ. ਗਿਣਤੀਆਂ ਨਹੀਂ, ਮਿਹਨਤਾਂ ਨਾਲ ਨਹੀਂ, ਸਾਡੀਆਂ ਗਿਣਤੀਆਂ ਨਾਲ ਨਹੀਂ, ਉਸਦੀ ਬਖਸ਼ਿਸ਼ ਨਾਲ ਹੈ. ਤਾਂ ਬਖਸ਼ਿਸ਼ ਮੰਗੋ. ਇਹ